ਪੰਜਾਬ ਦੇ ਮੋਹਾਲੀ ਜ਼ਿਲ੍ਹੇ ਦੇ ਫੇਸ 11 ਨੇ ਇੱਕ ਜਿਹੜੀ ਅਰਪਣਾ ਨੇ ਕਾਫੀ ਠੱਗੀਆਂ ਕੀਤੀ ਹੋਈਆਂ, ਕਰੀਬ 25 ਮਾਮਲੇ ਦਰਜ ਨੇ, ਉਹਨਾਂ ਨੂੰ ਕਾਬੂ ਕੀਤਾ ਗਿਆ ਔਰ ਪਿਛਲੇ ਕਈ ਦਿਨਾਂ ਤੋਂ ਇਹ ਫਰਾਰ ਵੀ ਚੱਲ ਰਹੇ ਸੀ, ਲੇਕਿਨ ਹੁਣ ਪੁਲਿਸ ਦੇ ਕਾਬੂ ਆਈ। ਹਾਲਾਂਕਿ ਪੁਲਿਸ ਦੀ ਇਨਵੈਸਟੀਗੇਸ਼ਨ 'ਚ ਕਈ ਚੀਜ਼ਾਂ ਦਾ ਖੁਲਾਸਾ ਹੋ ਰਿਹਾ, ਜਿਹਨੂੰ ਲੈ ਕੇ ਹੁਣ ਪੁਲਿਸ ਇਨਵੈਸਟੀਗੇਸ਼ਨ ਕਰਨ ਲੱਗੀ। ਜਿਹੜੇ ਇਨਵੈਸਟੀਗੇਸ਼ਨ ਆਫਿਸਰ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ। ਸਰ, ਇਹ ਪੂਰਾ ਮਾਮਲਾ ਕੀ ਹੈ ਅਤੇ ਹੁਣ ਤੱਕ ਦੀ ਕਾਰਵਾਈ ਕੀ? ਇਹ ਮਾਮਲਾ ਜਿਹੜਾ ਕੰਪਲੀਟਡ ਹੈ ਵਿਵੇਕ ਅਤੇ ਅਮਿਤ ਅਤੇ ਅਸ਼ੀਸ਼ ਜੀ, ਇਹਨਾਂ ਦਾ ਕਰੀਬ ਇਹ 10,69,000 ਦੀ ਠੱਗੀ ਹੈ। ਇਹਨਾਂ ਨੂੰ ਬਾਹਰ ਭੇਜਣ ਵਾਸਤੇ ਉਹਨਾਂ ਤੋਂ ਪੈਸੇ ਲਏ ਸੀ ਅਤੇ ਨਾ ਤਾਂ ਬਾਹਰ ਭੇਜਿਆ ਉਹਨਾਂ ਨੂੰ, ਨਾ ਹੀ ਉਹਨਾਂ ਦੇ ਪੈਸੇ ਵਾਪਸ ਹੋਏ ਨੇ। ਠੀਕ ਹੈ, ਇਹ ਕਿੰਨੇ ਦਿਨਾਂ ਤੋਂ ਚੱਲ ਰਿਹਾ ਸੀਗਾ ਇਹ ਫਰਾਰ ਚੱਲ ਰਿਹਾ ਸੀਗਾ? ਹੋਰ ਵੀ ਮਾਮਲੇ ਇਹ ਸੋਹਾਣੇ ਥਾਣੇ ਦੇ ਵਿੱਚ ਹੋਰ ਇਹਨਾਂ ਦੇ ਖਿਲਾਫ਼ ਹੈਗੇ ਨੇ ਮੁਕੱਦਮੇ। ਓਕੇ, ਅਤੇ ਇਹਦੇ ਘਰ ਵਾਲੇ ਦੇ ਸੰਜੇ ਸਿੰਘ ਦੇ ਅਤੇ ਇਹਦੇ ਅਤੇ ਇਹਦੇ ਲੜਕੇ ਦੇ ਕਨਾਲ ਨਾਗਪਾਲ ਦੇ। ਠੀਕ ਹੈ, ਅਤੇ ਉਹ ਪਹਿਲਾਂ ਗ੍ਰਿਫਤਾਰ ਹੋ ਚੁੱਕਾ ਗਾ, ਉਹ ਜੇਲ੍ਹ 'ਚ ਹੈ। ਇਹ ਦੋਨੋਂ ਜਣੇ ਫਰਾਰ ਸੀ। ਠੀਕ ਹੈ, ਅਤੇ ਹੁਣ ਆਪਣੇ ਬਚਣ ਵਾਸਤੇ ਵੱਖ ਵੱਖ ਜਗ੍ਹਾ 'ਤੇ ਰਹਿਣ ਲੱਗ ਪਏ ਸੀ। ਠੀਕ ਹੈ, ਅਤੇ ਇਹਨਾਂ ਨੂੰ ਕੱਲ੍ਹ ਅਸੀਂ ਮੁੱਲਾਪੁਰ ਗਰੀਬਦਾਸ ਤੋਂ ਗ੍ਰਿਫਤਾਰ ਕੀਤਾ ਗਿਆ। ਠੀਕ ਹੈ, ਅਤੇ ਕਿੰਨੇ ਪਹਿਲਾਂ ਵੀ ਕੋਈ ਮਾਮਲੇ ਦਰਜ ਨੇ? ਪਹਿਲਾਂ ਕਰੀਬ ਇਹਨਾਂ ਦੇ 28 ਮੁਕੱਦਮੇ ਦਰਜ ਨੇ। ਓਕੇ, ਹਾਂਜੀ, ਇਨਵੈਸਟੀਗੇਸ਼ਨ 'ਚ ਕੁਛ ਸਾਹਮਣੇ ਆਇਆ? ਕਿਸ ਤਰ੍ਹਾਂ ਇਹ ਮੋਡਸ ਓਪਰੈਂਡੀ ਕੀ ਹੁੰਦੀ ਸੀ ਇਹਨਾਂ ਦੀ? ਇਹਨਾਂ ਨੇ ਆਪਣਾ ਦਫ਼ਤਰ ਖੋਲਿਆ ਹੋਇਆ ਸੀ, ਆਪਣੇ ਘਰ ਹੀ ਖੋਲ੍ਹਦੇ ਨੇ, ਉੱਥੋਂ ਲੋਕਾਂ ਨੂੰ ਆਪਣਾ ਝਾਸਾ ਦੇ ਦਿੰਦੇ ਨੇ ਵੀ ਅਸੀਂ ਵੀ ਇਸ ਤਰੀਕੇ ਨਾਲ ਅਸੀਂ ਬਾਹਰ ਭੇਜਦੇ ਹਾਂ। ਠੀਕ ਹੈ, ਹਾਂਜੀ, ਉਸ ਤੋਂ ਬਾਅਦ ਹੋਰ ਵੀ ਕੋਈ ਇਨਵੋਲਵਮੈਂਟ ਹੈਗੀ ਇਹਨਾਂ ਦੇ ਨਾਲ ਹੀ ਹਜੇ ਤੱਕ ਸਾਹਮਣੇ ਆਈ ਹੋਈ? ਨਹੀਂ, ਹਜੇ ਕੋਈ ਹੋਰ ਇਨਵੋਲਵਮੈਂਟ ਨਹੀਂ ਹਜੇ ਸਾਹਮਣੇ ਆਈ। ਠੀਕ ਹੈ, ਹਜੇ ਤਫਤੀਸ਼ ਚੱਲ ਰਹੀ ਹੈ ਸਾਡੀ। ਅਤੇ ਰਿਕਵਰੀ ਕੀ ਹੋਈ ਹੈ ਸਰ? ਰਿਕਵਰੀ ਇਹਨਾਂ ਤੋਂ 535 ਗ੍ਰਾਮ ਹੈਗਾ ਜਿਹੜਾ ਗਹਿਣੇ ਨੇ ਗੋਲਡ ਨੇ, ਅਤੇ 7,00,000 ਰੁਪਈਆ ਇਹਨਾਂ ਦਾ। ਠੀਕ ਹੈ, ਹਜੇ ਤੱਕ। ਅਤੇ ਹੋਰ ਵੀ ਇਨਵੈਸਟੀਗੇਸ਼ਨ 'ਚ ਕੁਛ ਆ ਰਹੇ ਇਹਨਾਂ ਦੇ ਮੁੰਡੇ ਦਾ ਕੀ ਰੋਲ ਰਿਹਾ? ਉਹ ਉਹਨਾਂ ਦੀ ਵੱਖਰੀ ਸੋਹਾਣੇ ਥਾਣੇ ਅਰੈਸਟ ਪਈ ਆ, ਉਹ ਉਹਨਾਂ ਬਾਰੇ ਉਹ ਹੀ ਦੱਸ ਸਕਦੇ ਨੇ। ਠੀਕ ਹੈ, ਤਾਂ ਕਈ ਚੀਜ਼ਾਂ ਨੂੰ ਲੈ ਕੇ ਹੁਣ ਪੁਲਿਸ ਮੈਮ ਤੁਸੀਂ ਵੀ ਮਿਸ ਚੰਡੀਗੜ੍ਹ ਰਹੇ ਹੋ? ਹਾਂਜੀ ਹਾਂਜੀ, ਤੁਸੀਂ ਕੁਛ ਕਹਿਣਾ ਚਾਹੋਗੇ? ਠੀਕ ਹੈ, ਅਤੇ ਬਿਲਕੁਲ ਕਈ ਚੀਜ਼ਾਂ ਨੂੰ ਲੈ ਕੇ ਜਿਹੜਾ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ ਔਰ ਇਹਦੇ ਵਿੱਚ ਕਈ ਚੀਜ਼ਾਂ ਦਾ ਹੋਰ ਵੀ ਖੁਲਾਸਾ ਜਿਹੜਾ ਉਹ ਸਾਹਮਣੇ ਆ ਰਿਹਾ। ਅਤੇ ਹੁਣ ਪੁਲਿਸ ਕਈ ਚੀਜ਼ਾਂ ਨੂੰ ਲੈ ਕੇ ਇਨਵੈਸਟੀਗੇਸ਼ਨ 'ਚ ਕਈ ਖੁਲਾਸੇ ਵੀ ਹੋ ਰਹੇ ਕਿ ਕਈ ਜਿਹੜੇ ਹੈਗੇ ਮਾਮਲੇ ਪਹਿਲਾਂ ਵੀ ਦਰਜ ਸੀਗੇ ਅਤੇ ਲਗਾਤਾਰ ਇਹਨਾਂ ਦੀ ਭਾਲ ਕਰ ਰਹੀ ਸੀਗੀ, ਅਤੇ ਹੁਣ 11 ਫੇਸ ਪੁਲਿਸ ਨੇ ਇਹਨਾਂ ਨੂੰ ਕਾਬੂ ਕੀਤਾ। ਅਤੇ ਹੋਰ ਵੀ ਇਨੀਸ਼ਲੀ ਇਨਵੈਸਟੀਗੇਸ਼ਨ 'ਚ ਕਈ ਚੀਜ਼ਾਂ ਦਾ ਆਇਆ ਕਿ ਕਿਸ ਤਰ੍ਹਾਂ ਇਹਨਾਂ ਨੇ ਆਪਣੇ ਇੱਕ ਆਫਿਸ ਖੋਲਿਆ ਹੋਇਆ ਸੀਗਾ ਔਰ ਉਸ ਤੋਂ ਬਾਅਦ ਇਹ ਠੱਗੀ ਕਰਦੇ ਸੀਗੇ ਔਰ ਉਸ ਕਈ ਜਿਹੜੇ ਹੈਗੇ ਲੋਕਾਂ ਨਾਲ, ਕਿਸੇ ਨਾਲ 10,00,000, ਕਿਸੇ ਨਾਲ 15,00,000, ਕਿਸੇ ਨਾਲ 20,00,000, ਇਸ ਤਰ੍ਹਾਂ ਦੀ ਜਿਹੜੀ ਠੱਗੀ ਕਰਦੇ ਸੀਗੇ ਔਰ ਉਸ ਤੋਂ ਬਾਅਦ ਹੁਣ ਇਹ ਪੁਲਿਸ ਦੇ ਹੱਥੇ ਚੜੇ। ਹਾਲਾਂਕਿ ਮੁੱਲਾਪੁਰ ਤੋਂ ਇਹਨਾਂ ਨੂੰ ਕਾਬੂ ਕੀਤਾ ਗਿਆ, ਇਹਨਾਂ ਨੂੰ 11 ਫੇਸ ਥਾਣੇ ਇਹਨਾਂ ਦੀ ਅਰੈਸਟ ਪਾਈ ਹੈ। ਜਿਹੜੀ ਅਰਪਣਾ ਨੇ ਇਹ ਮਿਸ ਚੰਡੀਗੜ੍ਹ ਰਹਿ ਚੁੱਕੇ ਨੇ, ਇਹਨਾਂ ਦਾ ਜਿਹੜਾ ਬੇਟਾ ਹੈ ਉਸ ਨੂੰ ਸੁਹਾਣਾ ਪੁਲਿਸ ਨੇ ਕਾਬੂ ਕੀਤਾ। ਹਾਲਾਂਕਿ ਉੱਥੇ ਮਾਮਲਾ ਜਿਹੜਾ ਹੈਗਾ ਉਹ ਦਰਜ ਹੈ। ਹੁਣ ਪੁਲਿਸ ਪੁਆਇੰਟ ਟੂ ਪੁਆਇੰਟ ਇਨਵੈਸਟੀਗੇਸ਼ਨ ਕਰ ਰਹੀ ਹੈ ਔਰ ਇਹ ਹੁਣ ਤੱਕ ਦੀ ਇਨਵੈਸਟੀਗੇਸ਼ਨ 'ਚ ਆਈ ਹੈ ਕਿ ਕਰੋੜਾਂ, ਯਾਨੀ ਕਿ 20-25 ਕਰੋੜ ਤੋਂ ਵੀ ਜ਼ਿਆਦਾ ਦੀ ਠੱਗੀ ਜਿਹੜੀ ਹੈ ਹੁਣ ਸਾਹਮਣੇ ਆਈ ਸੀ, ਜਿਸ ਨੂੰ ਲੈ ਕੇ ਹੁਣ ਪੁਲਿਸ ਪੁਆਇੰਟ ਟੂ ਪੁਆਇੰਟ ਇਹ ਮਿਸ ਚੰਡੀਗੜ੍ਹ ਰਹਿ ਚੁੱਕੇ ਨੇ ਜਿਹੜੀ ਹੁਣ ਤੱਕ ਦੀ ਜਾਣਕਾਰੀ ਦਿੱਤੀ ਗਈ ਹੈ। ਅਤੇ ਹੋਰ ਵੀ ਕਈ ਖੁਲਾਸੇ ਕਰਦੇ ਨਜ਼ਰ ਆ, ਹਾਲਾਂਕਿ ਇਹਨਾਂ ਦੇ ਜਿਹੜੇ ਹਸਬੈਂਡ ਨੇ ਸੰਜੇ ਸਿੰਘ ਉਹ ਹਜੇ ਫਿਲਹਾਲ ਜੇਲ੍ਹ 'ਚ ਨੇ, ਉਹਨਾਂ ਨੇ ਵੀ ਫਰਾਡ ਦਾ ਮਾਮਲਾ ਦਰਜ ਹੋਇਆ ਸੀਗਾ ਉਹ ਜੇਲ੍ਹ 'ਚ ਨੇ, ਅਤੇ ਹੁਣ ਮੁੰਡੇ ਨੂੰ ਵੀ ਕਾਬੂ ਕਰ ਲਿਆ ਗਿਆ ਕਿ ਉਹਨੂੰ ਵਕੀਲ ਬਣਾਉਂਦੇ ਸੀਗੇ, ਇਹ ਖੁਦ ਜਿਹੜਾ ਹੈਗਾ ਕੰਸਲਟੈਂਟ ਬਣਦੇ ਸੀਗੇ ਔਰ ਲੋਕਾਂ ਨੂੰ ਠੱਗੀ ਜਿਹੜੀ ਹੈਗੀ ਉਹ ਮਾਰਦੇ ਸੀ। ਮੋਹਾਲੀ ਤੋਂ ਕੈਮਰਾਮੈਨ ਅਮਨਦੀਪ ਸਿੰਘ ਨਾਲ ਮਨੋਜ ਰਾਠੀ, ਨਿਊਜ਼ 18 ਪੰਜਾਬ।